ਬਿਸਮਿਲ੍ਲਾ ਰਹਿਮਾਨ ਰਹੀਮ। ਅੱਜ ਅਸੀਂ ਇੱਕ ਪਿੰਡ ਪੰਜਾਬ ਦਾ ਚੈਨਲ ਦੇ ਉੱਤੇ ਇੱਕ ਨਵੇਂ ਬਜ਼ੁਰਗਾਂ ਦੇ ਨਾਲ ਹਾਜ਼ਰ ਹਾਂ। ਅੱਜ ਅਸੀਂ ਇਹਨਾਂ ਨਾਲ ਕੁਝ ਗੱਲਾਂ ਕਰਾਂਗੇ। ਉਮੀਦ ਹੈ ਤੁਹਾਨੂੰ ਉਹ ਗੱਲਾਂ ਪਸੰਦ ਆਉਣਗੀਆਂ। ਇਹਨਾਂ ਦਾ ਤਾਲਕ ਇਹਨਾਂ ਦੀ ਜਨਮ ਭੂਮੀ ਇੰਡੀਆ ਦੇ ਵਿੱਚ ਹੀ ਹੈ ਔਰ ਅਸੀਂ ਅੱਜ ਇਹਨਾਂ ਨਾਲ ਉਹ ਸਾਰੀ ਗੱਲਬਾਤ ਕਰਾਂਗੇ ਔਰ ਉਮੀਦ ਹੈ ਤੁਸੀਂ ਇਸ ਗੱਲਬਾਤ ਨੂੰ ਇੰਜੋਏ ਕਰੋਗੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਕੀ ਹਾਲ ਚਾਲ ਆ ਬਜ਼ੁਰਗ? ਜਨਾਬ ਠੀਕ ਠਾਕ। ਠੀਕ ਠਾਕ ਹੋ? A1 ਬਿਲਕੁਲ ਠੀਕ ਠਾਕ। ਆਪਣਾ ਨਾਮ ਕੀ ਹੈ ਬਜ਼ੁਰਗ? ਮੁਹੰਮਦ ਦੀਨ। ਮੁਹੰਮਦ ਦੀਨ, ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਮੁਬਾਰਕ ਅਲੀ। ਮੁਬਾਰਕ ਅਲੀ, ਤੇ ਆਪਣੀ ਉਮਰ ਕੀ ਹੈ? ਮੇਰੀ ਉਮਰ 82-83 ਸਾਲ ਦੀ। 82-83 ਸਾਲ, ਯਾਨੀ ਤੁਸੀਂ ਕੋਈ 12 ਸਾਲ ਦੇ ਸੀਗੇ ਜਦੋਂ ਅਜਾੜੇ ਪਏ ਆ। ਤੇ ਆਪਣਾ ਤਾਲਕ ਕਿਹੜੇ ਜ਼ਿਲ੍ਹੇ ਤੋਂ ਆ? ਸਾਡੇ ਸਟੇਟ ਕਪੂਰਥਲਾ। ਸਟੇਟ ਕਪੂਰਥਲਾ ਜ਼ਿਲ੍ਹਾ, ਉਹਨੂੰ ਲਾਹੌਰ ਵੀ ਲੱਗਦਾ ਸੀ, ਅੰਮ੍ਰਿਤਸਰ ਵੀ ਲੱਗਦਾ ਸੀ, ਫਿਰ ਆ ਜਿਹੜਾ ਹੈਗਾ ਜਲੰਧਰ ਵੀ ਲੱਗਦਾ ਸੀ। ਪਰ ਉਹ ਜਲੰਧਰ ਦੇ ਵਿੱਚ ਹੀ ਗਿਣਿਆ ਜਾਂਦਾ? ਹਾਂ, ਜਲੰਧਰ ਦੇ ਵਿੱਚ, ਜ਼ਿਲ੍ਹਾ ਜਲੰਧਰ, ਰਿਆਸਤ ਤੁਹਾਡੀ ਸੀ ਕਪੂਰਥਲਾ। ਪਿੰਡ ਕਿਹੜਾ ਸੀ ਆਪਣਾ? ਪਿੰਡ ਜੀ ਬੂਸੋਵਾਲ। ਬੂਸੋਵਾਲ ਪਿੰਡ ਸੀ? ਹਾਂਜੀ। ਠੀਕ ਹੈ, ਤੇ ਬੂਸੋਵਾਲ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ ਸੀ? ਉੱਥੇ ਜੀ ਬੈਠੇ ਸੀ ਜੱਟ, ਰਜਪੂਤ, ਕਮਿਆਰ, ਫਿਰ ਈਸਾਈ ਚੂੜੇ ਵੀ ਹੈਗੇ ਸੀ, ਹੋਰ ਦੂਸਰੀਆਂ ਵੀ ਬਰਾਦਰੀਆਂ, ਤਰਖਾਣ, ਲਵਾਰ, ਹਜਾਮ, ਹੋਰ ਜਲਾਏ ਮੋਚੀ ਵੀ, ਸਾਰੇ ਜਲਾਏ ਮੋਚੀ ਸਾਰੇ ਬੈਠੇ। ਇਹ ਕਮਿਆਰ ਬਰਾਦਰੀ ਦੇ ਵਿੱਚ ਵੀ ਕੋਈ ਗੋਤਾਂ ਹੁੰਦੀਆਂ? ਹਾਂ ਹੁੰਦੀਆਂ। ਕਿਹੜੀਆਂ ਕਿਹੜੀਆਂ ਗੋਤਾਂ ਸੀਗੀਆਂ? ਕੋਈ ਜੀ ਸੁਣ ਹੁੰਦੇ ਆ, ਕੋਈ ਸੋਕਲ ਹੁੰਦਾ ਹੈ, ਕੋਈ ਆ ਰੀਂਡੀ ਵੀ ਹੁੰਦੇ ਆ, ਇਸ ਤਰ੍ਹਾਂ ਮੁਖਤਲਿਫ ਹੁੰਦੀਆਂ। ਅੱਛਾ ਜੀ, ਤੇ ਰਾਜਪੂਤਾਂ ਦੇ ਵਿੱਚ ਕੋਈ ਪਤਾ ਕਿਹੜੀਆਂ ਕਿਹੜੀਆਂ ਗੋਤਾਂ ਬੈਠੀਆਂ? ਉਹਦੇ ਵਿੱਚ ਜੀ ਕਈ ਭੱਟੀ ਖੁਆਉਂਦੇ ਆ ਰਾਜਪੂਤ, ਕੋਈ ਖੋਖਰ ਖੁਆਉਂਦੇ ਆ, ਇਸ ਤਰ੍ਹਾਂ ਦੀਆਂ ਮੁਖਤਲਿਫ ਗੋਤਾਂ। ਇਹ ਅੱਲਾ ਹੀ ਹੈ ਜੀ, ਇਹ ਬਸ ਮਸ਼ਹੂਰੀਆਂ ਉਹਨਾਂ ਚ ਖੋਖਰ ਕੋਈ ਹੋਊਗਾ ਨਾਮਵਰ ਤੇ ਉਹ ਖੋਖਰ ਦੀ ਖੋਖਰ ਆਲਾਦ ਹੋ ਗਈ, ਬਿਲਕੁਲ ਅੱਗੇ ਉਹ ਇਸੇ ਤਰ੍ਹਾਂ ਕੁਨਬੇ ਗਾਂ ਤੁਰ ਪਏ। ਹਾਂਜੀ ਸਹੀ। ਤੇ ਪਿੰਡ ਦੇ ਵਿੱਚ ਲੰਬੜਦਾਰ ਕਿਹੜਾ ਸੀ ਆਪਣੇ? ਸਾਡੇ ਜੀ ਉੱਥੇ ਇੱਕ ਯਕੂਖਾਂ ਸੀ, ਹਾਂ, ਇੱਕ ਸੀ ਦਾ ਸਿਕੰਦਰ, ਸਿਕੰਦਰ ਇੱਕ ਸੀ ਦਾ ਮਾਮਾ ਸ਼ਾਹ। ਕਿਹੜੀਆਂ ਕਿਹੜੀਆਂ ਬਰਾਦਰੀਆਂ ਦੇ ਸੀ ਇਹ? ਇਹ ਜੀ ਸਾਰੇ ਰਜਪੂਤ ਸੀ। ਅੱਛਾ, ਸਾਰੇ ਰਜਪੂਤ ਸੀ, ਸਾਰੇ। ਠੀਕ ਹੋ ਗਿਆ। ਤੇ ਆਪਣੇ ਬਜ਼ੁਰਗੋ, ਜਦੋਂ ਉੱਥੇ ਉਸ ਪਿੰਡ ਦੇ ਵਿੱਚ ਸਿੱਖ ਕੋਈ ਨਹੀਂ ਸੀ? ਕੋਈ ਸਿੱਖ ਨਹੀਂ। ਠੀਕ ਹੈ, ਤੇ ਜਦੋਂ ਸੰਨ 1947 ਵਾਲਾ ਵਾਕਿਆ ਹੋਇਆ, ਕੀ ਕੋਈ ਮਤਲਬ ਐਲਾਨ ਹੋਏ ਸੀ, ਕਿੱਦਾਂ ਤੁਹਾਨੂੰ ਪਤਾ ਲੱਗਿਆ? ਉਹ ਜੀ ਇਸ ਤਰ੍ਹਾਂ ਪਤਾ ਲੱਗਾ ਵੀ ਪਹਿਲਾਂ ਤਾਂ ਸੀ ਨਾ ਅਫਵਾਹ ਵੀ ਪਾਕਿਸਤਾਨ ਜੀ ਪਾਕਿਸਤਾਨ ਬਣਦਾ ਹੈ ਤੇ ਹਿੰਦੁਸਤਾਨ ਇਸ ਤਰ੍ਹਾਂ ਵੰਡ ਹੋਈ। ਗੱਲਾਂ ਬਾਤਾਂ ਹੀ ਹੋਣੀਆਂ। ਜਦੋਂ ਜੋ ਵੰਡ ਹੋਈ ਤੇ ਸਾਡੇ ਉੱਥੇ ਜਿਹੜੇ ਸਰਕਰਦਾ ਬੰਦੇ ਸੀ ਪਿੰਡ ਦੇ, ਉਹਨਾਂ ਨੇ ਉੱਥੇ ਬੁਲਾਇਆ ਸਾਰੇ ਪਿੰਡ ਨੂੰ। ਠੀਕ ਹੈ, ਸੈਲਦਾਰਾਂ ਦੀ ਬੈਠ ਕੇ ਤੇ ਉੱਥੇ ਬੈਠੇ, ਉੱਥੇ ਉਹਨਾਂ ਨੇ ਦੱਸਿਆ ਵੀ ਆਹ ਆਪਾਂ ਆ ਗਏ ਹਿੰਦੁਸਤਾਨ ਦੇ ਵਿੱਚ, ਅਤੇ ਗੱਲ ਇਹ ਆ ਵੀ ਇਹ ਜਿਹੜੀਆਂ ਹੁੰਦੀਆਂ ਰਹਿੰਦੀਆਂ ਹਕੂਮਤਾਂ ਦੇ ਰੱਦੋ ਬਦਲ ਹੁੰਦੇ ਰਹਿੰਦੇ ਆ, ਆਪਾਂ ਤਾਂ ਕਿਤੇ ਜਾਣਾ ਨਹੀਂ ਸਾਹਿਬਨ, ਕੋਈ ਥੋੜ੍ਹਾ ਬਹੁਤਾ ਆਪਣਾ ਹਥਿਆਰ ਥੂਰ ਮਾੜੇ ਚੰਗੇ ਬਣਾ ਲਓ ਬਣਾ ਲਓ ਤਾਂ ਕਿ ਉਹ ਦਫਾਅ ਵਾਸਤੇ ਦਫਾਅ ਵਾਸਤੇ ਠੀਕ ਹੈ। ਅੱਛਾ, ਇਹ ਤੋਂ ਪਹਿਲਾਂ ਇੱਕ ਵਾਕਿਆ ਹੋਇਆ ਸੀ ਤਾਂ ਸਾਡੇ ਉਹ ਜ਼ੈਲਦਾਰ ਕਤਲ ਕਿਸੇ ਨੇ ਕਰ ਦਿੱਤਾ, ਨਾਮ ਲੂਮ ਬੰਦੇ ਨੇ। ਅੱਛਾ, ਔਖਾ ਭਜੀ ਪੈਂਦੀ। ਤੁਹਾਡੇ ਪਿੰਡ ਦਾ ਜੈਲਦਾਰ? ਸਾਡੇ ਪਿੰਡ ਦਾ ਮਾਨੋਲਾ ਦਾ ਚਾਚਾ। ਅੱਛਾ ਅੱਛਾ, ਇਹਦਾ ਖੱਪ ਜੀ ਪੈਂਦੀ ਸੀ, ਉਹ ਕਈ ਵਿੱਚ ਬੇਗੁਨਾਹ ਫੜੇ ਰਹੇ, ਉਹ ਤਫਤੀਸ਼ ਦੇ ਵਿੱਚ ਪਰ ਉਹ ਤਾਂ ਬਰੀ ਹੋ ਗਿਆ, ਜਿਹੜਾ ਅਸਲ ਕਾਤਲ ਨਾ ਲੱਭਾ। ਅੱਛਾ, ਫਿਰ ਇਹ ਤੋਂ ਜਿਹੜਾ ਉਹ ਹਾਈਨਸ ਸੀ ਸਾਡੇ, ਉਹ ਬਹੁਤ ਅੱਛਾ ਨੇਕ ਪੈਂਦਾ ਸੀ, ਉਹਨੇ ਜਿਹੜਾ ਉਹ ਹਾਈਨਸ। ਅੱਛਾ, ਹਾਈਨਸ ਜਿਹੜਾ ਸੀਗਾ ਤੁਹਾਡਾ ਉੱਥੇ ਦਾ ਕਪੂਰਥਲੇ ਦਾ? ਆਹੋ, ਕਪੂਰਥਲੇ ਦਾ ਹਾਈਨਸ ਜਿਹੜਾ ਯਾ ਰਾਜਾ, ਉਹ ਬਹੁਤ ਹੀ ਨੇਕ ਬੰਦਾ ਸੀ। ਉਹਨੇ ਮਸਜਿਦ ਪਵਾਈ ਮੁਸਲਮਾਨਾਂ ਵਾਸਤੇ ਆਲੀਸ਼ਾਨ, ਬਹੁਤ ਹੀ ਖੂਬਸੂਰਤ। ਹਾਈਨਸ ਸੀਗਾ ਕਿਹੜਾ, ਮੁਸਲਮਾਨ ਸੀ ਜਾਂ ਨਹੀਂ? ਹੈਗਾ ਸੀਗਾ ਉਹ ਹੈਗਾ ਸੀਗਾ ਕਰਾੜ ਜਿਹਨੂੰ ਕਹਿ ਦਿੰਦੇ, ਆਹੋ ਹਿੰਦੂ 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 ਅੱਛਾ ਹੈ ਸੀ ਨੇਕ ਦਿਲ ਬੰਦਾ। ਉਹ ਮਸਜਿਦ ਉਹਨਾਂ ਨੇ ਬਣਾਈ, ਬਲਕਿ ਇਹ ਸੀਗਾ ਵੀ ਸਾਡੇ ਉੱਥੇ 85% ਮੁਸਲਮਾਨ ਸੀ, ਇਸ ਵਾਸਤੇ ਉਹਦਾ ਰੁਝਾਨ ਜ਼ਿਆਦਾ ਮੁਸਲਮਾਨਾਂ ਵੱਲ ਰਹਿੰਦਾ ਸੀ ਇਹਨਾਂ ਨੂੰ ਤਹਿਫ਼ ਦੇਣ ਵਾਸਤੇ, ਅਤੇ ਉਹਨਾਂ ਨੇ ਨਾ ਉਹ ਬੜੀ ਅੱਛੀ ਤੇ ਫਿਰ ਉੱਥੇ ਜਦੋਂ ਇਰਦ ਗਿਰਦ ਸਾਰੇ ਜਿਹੜੇ ਅੰਗਰੇਜ਼ੀ ਇਲਾਕੇ ਸੀ
ਉੱਥੇ ਖੱਪ ਜੀ ਪਈ ਸੀ, ਵੱਡ ਕੱਟ ਹੁੰਦੀ ਫਿਰਦੀ ਸੀ ਤੇ ਸਾਡੇ ਉੱਥੇ ਬਹੁਤ ਹੀ ਅਮਨ ਸੀ ਰਿਆਸਤ ਦੇ ਵਿੱਚ। ਇਹ ਸੀ ਉਹ ਕਹਿੰਦਾ ਸੀਗਾ ਵੀ ਇਹ ਸਾਡੇ ਮੁਸਲਮਾਨ ਆ ਅਤੇ ਮੇਰੀ ਇੱਥੇ ਰਿਆ ਹੈ, ਮੈਂ ਜੇ ਇੱਥੇ ਖੱਪ ਪੈ ਗਈ ਤਾਂ ਮੇਰੀ ਮਤਲਬ ਵੀ ਉਹ ਸ਼ਰਮਿੰਦਗੀ ਮੈਨੂੰ ਉਠਾਉਣੀ ਪਊਗੀ। ਨਾਲੇ ਉਹ ਨੇਕ ਦਿਲ ਹੋਣ ਦੀ ਵਜ੍ਹਾ ਤੋਂ ਨਾ ਇਹ ਉਹਨੇ ਉਹ ਤੋਹਫ਼ਾ ਦਿੱਤਾ ਸੀ ਮੁਸਲਮਾਨਾਂ ਨੂੰ ਬੜਾ ਅੱਛਾ। ਅਕਸਰੀਅਤ ਦੀ ਲਾ ਲਓ ਜਾਂ ਉਹ ਨੇਕ ਦਿਲ ਲਾ ਲਓ, ਇਹ ਜਿਸ ਤਰ੍ਹਾਂ ਵੀ ਅਕਸਰੀਅਤ ਵੀ ਜ਼ਿਆਦਾ ਸੀ ਉੱਥੇ, ਠੀਕ 85% ਮੁਸਲਮਾਨ ਸੀ, ਬਾਕੀ 15% ਚੂੜੇ ਸਿੱਖ ਹਿੰਦੂ ਇਹ ਸੀ। ਠੀਕ ਫਿਰ ਜੀ ਉਹਨਾਂ ਨੇ ਉਹ ਪਤਾ ਨਹੀਂ ਉਹ ਤਾਂ ਚਲਿਆ ਗਿਆ ਵਿਚਾਰਾ ਆਪਣਾ ਮਹਾਰਾਜ ਜਿਹੜਾ ਸੀ ਉਹ ਚਲਾ ਗਿਆ ਉੱਥੇ ਸ਼ਿਮਲੇ ਗਰਮੀਆਂ ਦੀ ਵਜ੍ਹਾ ਤੋਂ। ਇੱਥੇ ਫਿਰ ਉਹ ਜਿਹੜੇ ਸੀ ਨਾ ਪਿਛਲੇ ਉਹ ਸ਼ੈਤਾਨ, ਉਹਨਾਂ ਨੇ ਖੱਪ ਮਾਰੀ ਇੱਕ ਦਿਨ, ਯਾਨੀ ਪਾਕਿਸਤਾਨ ਬਣੇ ਤੋਂ ਵਾਹਵਾ ਦਿਨ ਬਾਅਦ ਤੱਕ ਰਿਹਾ ਅਤੇ ਇਰਦ ਗਿਰਦ ਦੇ ਵੀ ਲੋਕ ਜਿਹੜੇ ਸੀ ਨਾ ਉੱਥੇ ਆਏ ਵੀ ਇੱਥੇ ਤਹਫ਼ਾ ਗਿਆ। ਉਹ ਤੋਂ ਬਾਅਦ ਜਨਾਬ ਅਲੀ ਉਹ ਜਦੋਂ ਖੱਪ ਪਈ ਉਹ ਫਿਰ ਇੱਕੇ ਦਿਨ ਹੀ ਰਿਆਸਤ ਸਾਰੀ ਉੱਠੀ। ਅੱਛਾ ਇੱਕੇ ਦਿਨ ਇਰਦ ਗਿਰਦ ਦੇ ਸਾਰੇ ਜਿਹੜੇ ਪਿੰਡ ਸੀ ਉਹ ਇਕੱਠੇ ਹੋ ਗਏ ਅਤੇ ਫਿਰ ਕਦੀ ਐਂ ਨੂੰ ਚਲੋ ਪੇੜੀਆਂ ਦੇ ਰਹੇ ਚਲੇ ਚਲੋ, ਫਿਰ ਨਹੀਂ ਇੱਧਰ ਵੀ ਖਤਰਾ, ਫਿਰ ਐਂ ਨੂੰ ਫਿਰ ਸ਼ਾਮ ਨੂੰ ਜੀ ਉੱਥੋਂ ਤੁਰੇ, ਫਿਰ ਐਵੇਂ ਘੁੰਮਦੇ ਘੁੰਮਾਉਂਦੇ ਰਹੇ ਉਹ ਜਿਸ ਤਰ੍ਹਾਂ ਕਦੀ ਇੱਧਰ ਨੂੰ ਜਾ ਕਦੀ ਉੱਧਰ ਨੂੰ ਜਾ। ਫਿਰ ਉਹ ਸਲਾਹ ਕੀਤੀ ਵੀ ਸਾਰਿਆਂ ਨੇ ਵੀ ਇੱਧਰ ਨੂੰ ਚਲੋ ਪੱਕੇ ਪਾਸੇ ਨੂੰ ਚਲੋ, ਜੇ ਕਸ਼ਤੀ ਲੈ ਕੇ ਤੁਰੇ ਫਿਰਦੇ ਰਹੇ ਕੰਢਾ ਨਾ ਸੀ ਲੱਭਦਾ। ਹਾਂ ਹਾਂ ਅੱਛਾ ਉਹ ਜਨਾਬ ਵਾਲੀ ਫਿਰ ਸ਼ਾਮ ਨੂੰ ਇੱਕ ਬੋੜ ਵਾਲਾ ਪਿੰਡ ਸੀਗਾ। ਅੱਛਾ ਉੱਥੇ ਰਿਆਸਤ ਦਾ ਹੀ ਪਿੰਡ ਸੀ ਉਹ ਵੀ, ਰਿਆਸਤ ਦਾ ਯਾਨੀ 3 ਕੁ ਮੀਲ ਸਾਡੇ ਤੋਂ ਪੈਂਡ। ਅੱਛਾ ਉੱਥੇ ਰਾਤ ਰਹੇ। ਅੱਛਾ ਉੱਥੇ ਰਾਤ ਰਹੇ ਅਤੇ ਉੱਥੇ ਡਰ ਜਿਹਾ ਆਵੇ ਬਹੁਤ ਹੀ ਖੌਫ ਵੀ ਇਧਰੋਂ ਨਾ ਕੋਈ ਮਸਲਾ ਬਣ ਜਾ, ਕੋਈ ਇਧਰੋਂ ਨਾ ਹਮਲਾ ਕਰ ਦੇਵੇ। ਆਹੋ ਇਹੋ ਜਿਹਾ ਇਸ ਤਾਂ ਦਾ ਵੀ ਬੜਾ ਬੜਾ ਫਰਕ ਬਹੁਤ ਹੀ ਕਈਆਂ ਦੇ ਜਿਹੜਾ ਹੈਗਾ ਅੰਮ੍ਰਿਤਸਰ ਦਾ ਜ਼ਿਲ੍ਹਾ ਇੱਥੇ ਬੜੀ ਕਤਲੋ ਗਾਰਤ ਹੋਈ ਸਾਡੇ ਤਾਂ ਖੈਰ ਉੱਥੇ। ਅੱਛਾ ਫਿਰ ਉੱਥੋਂ ਜਨਾਬ ਸਵੇਰੇ ਉੱਠੇ ਨਾ ਅਤੇ ਗਏ ਅਸੀਂ ਗਾਂ ਇੱਕ ਜਗ੍ਹਾ 'ਤੇ, ਨਵੀਆਂ ਲਾਸ਼ਾਂ ਦੇਖੀਆਂ ਅਜੇ ਖੂਨ ਉਹਨਾਂ ਦੇ ਵਹਿੰਦਾ ਸੀ, ਉਹ ਮੁਸਲਮਾਨਾਂ ਦੀਆਂ ਕਤਲ ਕੀਤੇ। ਸਹੀ ਇੱਕ ਉਹਨਾਂ 'ਚੋਂ ਬੱਚੀ ਵਿਚਾਰੀ ਜਨਾਨੀ ਜਵਾਨ ਸੀ ਉਹਨੇ ਖੂਹ ਛਾਲ ਮਾਰੀ ਹੋਈ। ਉਹ ਫਿਰ ਉਹ ਜਿਸ ਵੇਲੇ ਉਹ ਕਾਫਲਾ ਲੰਘਿਆ ਨਾ ਅਤੇ ਉਹ ਪਾਣੀ ਦੀ ਤਾਂ ਤਲਬ ਹੁੰਦੀ ਆ ਬੰਦੇ ਨੂੰ, ਕੋਈ ਦੇਖਣ ਗਏ ਅਤੇ ਉੱਥੇ ਉਹ ਖੂਹ ਦੇ ਵਿੱਚ ਉਹਨੂੰ ਵਿਚਾਰੀ ਨੇ ਉਹਨੇ ਕਿਹਾ ਮੈਂ ਜਿੰਦਾ ਤੂੰ ਮੈਨੂੰ ਕੱਢ ਲਓ। ਉਹ ਵਿਚਾਰੀ ਉੱਥੇ ਰਲ ਗਈ ਸਾਡੇ ਨਾਲ, ਆ ਕੱਢ ਲਏ ਕੱਢ ਕੇ ਕੱਢ ਕੇ ਅਤੇ ਆ ਗਏ ਇੱਧਰ। ਉਹਨੇ ਦੱਸਿਆ ਨਹੀਂ ਵੀ ਕੀ ਗੱਲ? ਉਹਨੇ ਦੱਸਿਆ ਵੀ ਇੱਥੇ ਮੈਨੂੰ ਸਾਨੂੰ ਪਿਆ ਜੱਥਾ ਅਤੇ ਉਹ ਸਾਡੇ 'ਤੇ ਸਾਰੇ ਕਤਲ ਕਰ ਗਏ ਅਤੇ ਮੈਂ ਇਸ ਖੌਫ ਤੋਂ ਵੀ ਮੈਨੂੰ ਇਹ ਲੈ ਇੱਜ਼ਤ ਬਚਾਉਣ ਦੀ ਖਾਤਰ ਮੈਂ ਛਾਲ ਮਾਰਤੀ। ਹਾਂ ਮੈਨੂੰ ਇਹ ਲੈ ਨਾ ਜਾਣ ਇੱਜ਼ਤ ਬਚਾਉਣ ਵਾਸਤੇ ਅਤੇ ਮੈਂ ਖੂਹ ਛਾਲ ਮਾਰੀ। ਪਰ ਉਹ ਵਿਚਾਰੀ ਇੱਥੇ ਤੱਕ ਨਾ ਸਾਡੇ ਇਸ ਪਿੰਡ ਤੱਕ ਆਈ, ਇਸ ਪਿੰਡ ਸਰਜਾ ਇੱਥੇ ਇੱਥੇ ਉਹ ਰਹੀ। ਫਿਰ ਉਹਨਾਂ ਦਾ ਕੋਈ ਆ ਗਿਆ ਵਾਲੀ ਵਾਰ ਪਿੱਛੋਂ, ਯਾਨੀ ਕੋਈ ਰਿਸ਼ਤੇਦਾਰ ਖਾਸ ਹੁੰਦੇ ਹੀ ਆ ਘਰ ਦੇ ਅਤੇ ਉਹਦੇ ਸਾਰੇ ਮਾਰੇ ਗਏ। ਅੱਛਾ ਫਿਰ ਉਹ ਜੀ ਇੱਥੇ ਰਹੀ। ਫਿਰ ਅਸੀਂ ਸਹੀਜੇ ਉੱਥੇ ਚਲੇ ਗਏ ਫੱਤੂ ਢੀਂਗਾ ਸੀ ਇੱਕ ਪਿੰਡ। ਅੱਛਾ ਉਹ ਤੋਂ ਪਹਿਲਾਂ ਇੱਕ ਇੱਧਰੋਂ ਘੋੜ ਸਵਾਰ ਆਇਆ, ਘੋੜੇ ਦਾ ਸਵਾਰ ਆਇਆ, ਭਜਾਈ ਆਇਆ ਅਤੇ ਉਹ ਮੁਸਲਮਾਨ ਜਿਹੜੇ ਸੀ ਉਹ ਸਾਰੇ ਉਹਦੇ ਵੱਲ ਵੀ ਇਹ ਕੋਈ ਸਿੱਖ ਆ ਖਾਣੀ, ਕਮਾਦ 'ਚ ਉਹਨੇ ਘੋੜਾ ਵਾਲ ਲਿਆ। ਇਸ ਵਾਸਤੇ ਉਹਨਾਂ ਨੂੰ ਪਿਆ ਵੀ ਇਹ ਸਿੱਖ ਆ ਅਤੇ ਇਹਨੂੰ ਇਹ ਸਾਨੂੰ ਕਰੂ ਇੱਧਰ ਉੱਧਰ ਵੀ ਉਹਦੇ ਮਗਰ ਪਿਆ ਵੀ ਉਹਨੂੰ ਵੀ ਅਸੀਂ ਮਾਰ ਦਈਏ। ਅੱਛਾ ਫਿਰ ਉਹ ਤਾਂ ਸੀ ਮੁਸਲਮਾਨ, ਉਹਨੇ ਸਾਨੂੰ ਉਹ ਇਸ ਵਾਸਤੇ ਵੀ ਉਹ ਘੋੜਾ ਸਰਪਾਟ ਆਉਂਦਾ ਸੀ ਤੇ ਅੱਗੇ ਕਾਫਲਾ ਆ ਗਿਆ ਸੀ, ਉਹਨੇ ਕਿਹਾ ਨੁਕਸਾਨ ਕੋਈ ਕਰੇ, ਉਹਨੇ ਵੜਿਆ ਤੇ ਉਹ ਜਦੋਂ ਮੋੜਿਆ ਹੀ ਨਾ ਵਾਕ ਉਹਨੇ ਕਮਾਦ 'ਚ ਜਾ ਵੜਿਆ ਘੋੜਾ। ਸਹੀ ਅੱਛਾ ਉਹ ਫਿਰ ਬਾਹਰ ਨਿਕਲਿਆ ਨਾ ਅਤੇ ਉਹਨੇ ਕਿਹਾ ਵੀ ਇੱਧਰਲੇ ਪਾਸੇ ਖਤਰਾ ਹੈ, ਉਹ ਫੱਤੂ ਢੀਂਗੇ ਇੱਧਰ ਆ ਲੜਾਈ ਹੁੰਦੀ ਮੋਰਚਾ ਲੱਗਾ, ਤੁਸੀਂ ਤੁਹਾਨੂੰ ਮੈਂ ਇਸ ਵਾਸਤੇ ਐਂ ਅੱਗੇ ਵੀ ਤੁਸੀਂ ਇੱਧਰ ਦੀ ਹੋ ਕੇ ਨਾ ਇਸ ਪਿੰਡ 'ਚ ਆਉਣ ਵਾਲੋ, ਅੱਗੇ ਵੀ ਉੱਥੇ ਹੋਰ ਬੰਦੇ ਬੈਠੇ ਸੀ ਵਾਹਵਾ ਕਾਫਲਾ ਬਣਿਆ। ਅੱਛਾ ਉਹ ਫਿਰ ਸਾਡੇ ਜਾਣ ਤੋਂ ਬਾਅਦ ਥੋੜ੍ਹਾ ਜਿਹਾ ਚਿਰ ਨਾ ਉਹਨਾਂ ਦਾ ਜੀ ਇਹ ਮਸਲਾ ਹੱਲ ਹੋ ਗਿਆ, ਉਹ ਹੈ ਸੀ ਲੋਕ ਥੋੜ੍ਹੇ ਜਿਹੜੇ ਹਮਲਾਵਰ ਸੀ, ਇਸ ਵਾਸਤੇ ਉਹਨਾਂ ਨੇ ਨਾ ਉਹ ਸੁਲਹਾਨਾਮਾ ਦਾ ਮਸਲਾ ਬਣਾ ਲਿਆ ਵੀ ਤੁਸੀਂ ਇਹ ਪਿੰਡ ਛੱਡ ਦਿਓ ਅਤੇ
ਦੂਸਰੇ ਪਿੰਡ ਕਿਤੇ ਚਲੇ ਜਾਓ, ਕਿਤੇ ਚਲੇ ਜਾਓ, ਅਸੀਂ ਇਹਨਾਂ ਲੁੱਟ ਲਾਂਗੇ ਤੁਸੀਂ। ਤੇ ਮਿਲਟਰੀ ਨਹੀਂ ਆਈ ਸੀ ਉਦੋਂ, ਤੁਸੀਂ ਆਪਣੀ ਮਦਦ ਆਪ ਦੇ ਤਹਿਤ ਹੀ ਹਜੇ ਸਫ਼ਰ ਤੇ? ਉੱਥੋਂ ਤੱਕ ਅਸੀਂ ਨਾ ਮਿਲਟਰੀ ਨਹੀਂ ਆਈ। ਸਹੀ। ਅੱਛਾ, ਉਸ ਤੋਂ ਬਾਅਦ ਉਹ ਉਹਨਾਂ ਨੇ ਵਾਅਦੇ ਦੇ ਤਹਿਤ ਅਸੀਂ ਰਤੜੇ ਸੀ ਪਿੰਡ ਇੱਕ, ਠੀਕ ਹੈ, ਉੱਥੇ ਉਹ ਸ਼ਹੀਦਾਂ ਦਾ ਪਿੰਡ ਸੀ, ਉੱਥੇ ਸ਼ਹੀਦਾਂ ਦਾ ਹਯਾ ਬੜਾ ਸੀ, ਸਿੱਖ ਵੀ ਉਹਨਾਂ ਦਾ ਹਯਾ ਕਰਦੇ ਸੀ, ਬੰਦੇ ਦੂਸਰੇ ਮੁਸਲਮਾਨ ਤਾਂ ਕਰਨਾ ਹੀ ਕਰਨਾ ਸੀ। ਉੱਥੇ ਫਿਰ ਆਣ ਕੇ ਦੋ ਤਿੰਨ ਦਿਨ ਬੈਠੇ ਰਹੇ, ਉੱਥੇ ਫਿਰ ਜਿਹੜੇ ਚੋਰੀ ਇੱਕ ਚੋਰੀਆਂ ਦੀ ਤਲਵੰਡੀ ਸੀ, ਅੱਛਾ, ਉਹ ਉਹਨਾਂ ਦੇ ਨਾ ਹਾਂ ਮਹਾਰਾਜ ਦੇ ਇਰਦ ਗਿਰਦ ਰਹਿੰਦੇ ਸੀ, ਯਾਨੀ ਉਹ ਵਿੱਚ ਹੈ ਸੀ, ਉਹਨਾਂ ਦਾ ਹੱਥ ਸੀਗਾ ਨਾਲ ਉਹਦੇ, ਯਾਨੀ ਉਹ ਸੱਜੇ ਖੱਬੇ ਦੇ ਸੀ ਜਿਸ ਤਰ੍ਹਾਂ ਵੀ ਉਹ ਅਹਿਲਕਾਰ ਉਹਦੇ ਸਾਰੇ, ਉਹ ਫਿਰ ਉੱਥੇ ਗਏ ਕਿਤੇ, ਮਤਲਬ ਹੈ ਵੀ ਵੇਲੇ ਕੁ ਵੇਲੇ ਉਹਨਾਂ ਨੇ ਉਹਦੇ ਮਹਾਰਾਜ ਦੇ ਮੁੰਡੇ ਨੂੰ ਜਾ ਕੇ ਕਿਹਾ ਵੀ ਆਹ ਸਾਡੇ ਨਾਲ ਹੁਣ ਜਾਂਦੀ ਵਾਰੀ ਆਹ ਲੱਗੇ ਕਰਨ ਤੁਸੀਂ, ਅਤੇ ਸਾਨੂੰ ਦਲੀਲ ਅਤੇ ਮਰਾਉਣ ਲੱਗੇ। ਉਹਨਾਂ ਨੇ ਕਿਹਾ ਵੀ ਚਾਚਾ ਗੱਲ ਕੀ, ਉਹਨੇ ਕਿਹਾ ਵੀ ਆਹ ਸਾ ਨੁਕਸਾਨ ਹੋਣ ਡਿਆ ਬੰਦਿਆਂ ਦਾ ਕਰਨ ਡਿਆ। ਉਹਨਾਂ ਨੇ ਫਿਰ ਉਹ ਨਾ ਪੁਲਿਸ ਦਿੱਤੀ, ਕਿਉਂਕਿ ਇਹਨਾਂ ਕੋਲ ਇਹ ਮਹਾਰਾਜ ਦੇ ਕੋਲ ਸਟੇਟ ਵਾਲਿਆਂ ਕੋਲ ਤਾਂ ਫੌਜ ਹੁੰਦੀ ਹੀ ਨਹੀਂ ਸੀ, ਉਹਨੇ ਪੁਲਿਸ ਦਿੱਤੀ ਵੀ ਆ ਲਓ ਜਾ ਲੈ ਜਾਓ ਨਾਲ। ਉਹਨਾਂ ਨੂੰ ਦੱਸਿਆ ਵੀ ਇਹਨਾਂ ਨੂੰ ਨਾ ਤੁਸੀਂ ਕਿਹੜੇ ਟਿਕਾਣੇ ਲਾ ਕੇ ਆਇਓ। ਉਹ ਆਣ ਕੇ ਫਿਰ ਉਹ ਜੋ ਕੁਛ ਆਇਆ ਸੀ ਰਿਸ਼ਵਤ ਚੱਲੀ ਸੀ ਉਦੋਂ ਵੀ ਥੋੜ੍ਹੀ ਬਹੁਤੀ, ਉਹਨਾਂ ਨੂੰ ਇੱਕ ਰੁਪਈਆ ਜੀ ਦਾ ਕਰਕੇ ਨਾ ਇਕੱਠਾ ਕਰਕੇ ਦਿੱਤੇ ਪੈਸੇ। ਅੱਛਾ, ਪੈਸੇ ਦਿੱਤੇ ਅਤੇ ਉਹਨਾਂ ਨੇ ਇੱਥੇ ਸਾਡੀ ਦੋ ਚਾਰ ਦਿਨ ਜਿਹੜਾ ਉਹ ਰਹੇ ਨਾ, ਉਹਨਾਂ ਨੇ ਸਾਡੀ ਉਹ ਕੀਤੀ ਹਿਫਾਜ਼ਤ, ਠੀਕ ਹੈ, ਹਿਫਾਜ਼ਤ ਕਰਦੇ ਰਹੇ। ਫਿਰ ਉਹ ਜਦੋਂ ਚਾਰ ਪੰਜ ਦਿਨ ਬਾਅਦ ਕਾਫਲਾ ਚੱਲਿਆ ਨਾ, ਉਹ ਨਾਲ ਸਾਡੇ ਗਏ ਉਹ ਇਹ ਜਿਹੜੀ ਇੱਧਰੋਂ ਜਲੰਧਰੋਂ ਅੰਮ੍ਰਿਤਸਰ ਨੂੰ ਆਉਂਦੀ ਸੀ ਨਾ ਸੜਕ 'ਤੇ ਲੈਣ, ਉਹਦੇ ਤੱਕ ਉਹ ਰਹੇ, ਯਾਨੀ ਫਿਰ ਉਹ ਜਿਹੜੇ ਉਰਲੇ ਪਾਸੇ ਬੈਠੇ ਸੀ ਨਾ ਸੜਕੋਂ ਉਧਰਲੇ ਪਾਸੇ ਜਦੋਂ ਅਸੀਂ ਗਏ, ਉਹਨਾਂ 'ਤੇ ਸਵੇਰੇ ਫਿਰ ਉਹਨਾਂ ਨੇ ਹਮਲਾ ਕੀਤਾ, ਲੁੱਟਮਾਰ ਸ਼ੁਰੂ ਕੀਤੀ ਉਸੇ ਸਿੱਖ ਥਾਣੇਦਾਰ ਨੇ ਵੀ ਅਤੇ ਉਹ ਸਿਪਾਹੀਆਂ ਨੇ ਵੀ। ਉਹ ਮੈਂ ਦੇਖਿਆ ਵੀ ਉਹ ਹਰ ਸ਼ਾਇਦ ਜਿਹਦੇ ਕੋਲ ਕਿਸੇ ਕੋਲ ਮੈਂ ਖੋਹ ਲਈ, ਕਿਸੇ ਤੋਂ ਆ ਖੱਚਰ ਖੋਹ ਲਈ, ਕਿਸੇ ਨੂੰ ਉੱਦਾਂ ਲੁੱਟ ਲਿਆ ਜਿਹੜੀ ਕੋਈ ਸ਼ਾਇਦ ਹੈਗੀ ਆ, ਜੋ ਜੋ ਹੱਥ ਆਇਆ, ਆਹੋ ਜੋ ਜੋ ਚੰਗਾ ਲੱਗਿਆ, ਜੋ ਚੰਗਾ ਜੋ ਉਹਨਾਂ ਦੇ ਹੱਥ ਆਇਆ ਉਹ ਜੀ ਲੈ ਗਿਆ। ਸਹੀ। ਅੱਛਾ, ਫਿਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਅਸੀਂ ਅੱਗੇ ਹੋਏ ਹਾਂ ਅਤੇ ਪਿੱਛੋਂ ਗੋਲੀ ਦੀ ਨਾ ਆਵਾਜ਼ਾਂ ਆਉਣ ਲੱਗ ਪਈਆਂ। ਅੱਛਾ, ਉਹ ਸਾਡੇ ਪਿੰਡ ਦਾ ਜਿਹੜਾ ਨੰਬਰਦਾਰ ਯਕੂਬ ਖਾਨ ਸੀ ਨਾ, ਉਹ ਸੀ ਉੱਥੇ ਕਿਤੇ ਸੜਕ 'ਤੇ ਖੜ੍ਹਾ, ਆ ਫੌਜੀ ਪਾਕਿਸਤਾਨੀ ਜਾਂਦੇ ਸੀ ਮੁਸਲਮਾਨ, ਉਹ ਉਹਨੇ ਐਂ ਕਰਕੇ ਹੱਥ ਦਿੱਤਾ ਅਤੇ ਉਹ ਕਹਿਣ ਲੱਗਾ ਹਾਂ ਬਈ ਜਵਾਨ। ਉਹਨੇ ਕਿਹਾ ਜੀ ਸਾਨੂੰ ਸਿੱਖ ਲੁੱਟਦੇ ਅਤੇ ਮਾਰ ਦਿਆ। ਉਹਨਾਂ ਨੇ ਫਿਰ ਉਹ ਮੁਸਲਮਾਨਾਂ ਨੇ ਗੋਲੀ ਚਲਾਈ ਉਹਨਾਂ 'ਤੇ, ਉਹ ਸਿੱਖ ਵੀ ਮਾਰਿਆ, ਕੋਈ ਹੋਰ ਵਿੱਚ ਆਉਣ ਵਾਲੇ ਕਾਫਲੇ 'ਤੇ ਉਹ ਵੀ ਬੰਦਿਆਂ ਨੇ ਫਿਰ ਮਾਰੇ ਉਹ ਸਿੱਖ ਸਿਪਾਹੀ ਜਿਹੜੇ। ਸਹੀ। ਅਤੇ ਫਿਰ ਉੱਥੇ ਉਹ ਅਸੀਂ ਅਤੇ ਉਹ ਰੋਟੀ ਪੱਕੀ ਅਤੇ ਉੱਥੋਂ ਤੁਰ ਕੇ ਨਾ ਅਤੇ ਗਾਂ ਚਲੇ ਗਏ ਉਹ ਸੁਬਹਾਨ, ਯਾਨੀ ਸੁਬਹਾਨ ਤਾਂ ਉਹਨੂੰ ਕਹਿੰਦੇ ਸੀ ਪੱਤਣ ਦਾ। ਅੱਛਾ। ਇਹ ਉਹਨੂੰ ਆ ਇਹ ਵੀ ਕਹਿੰਦੇ ਸੀ ਆ ਜਿਹੜਾ ਬਿਆਸਾ, ਹਾਂ ਪੁਲ ਬਿਆਸਾ ਵੀ ਕਹਿੰਦੇ ਸੀ, ਦੋ ਨਾਂ ਸੀ ਉਹਦੇ। ਉੱਥੇ ਪਾਰ ਨੀਵੇਂ ਜਿਹਾ ਥਾਂ ਬਹਿ ਗਏ। ਅੱਛਾ। ਬਾਰਿਸ਼ ਹੋਵੇ ਰੋਜ਼ਾਨਾ ਬਾਰਿਸ਼ਾਂ ਹੁੰਦੀਆਂ, ਸਾਡਾ ਮੇਰਾ ਤਾਇਆ ਸੀ ਬੋਧੀ, ਉਹ ਕਹਿਣ ਲੱਗਾ ਇਹ ਬਾਰਿਸ਼ਾਂ ਬਹੁਤ ਹੋਈਆਂ ਪਿੱਛੇ, ਅਤੇ ਇੱਦਾਂ ਕਰੀਏ ਆਪਾਂ ਉੱਚੇ ਥਾਂ ਚਲੇ ਜਾਈਏ। ਉਹਦੇ ਟਾਏ ਸੀ ਕੋਠਿਆਂ ਨਾਲ ਵੀ ਉੱਚੇ ਉੱਚੇ। ਅੱਛਾ। ਅਸੀਂ ਉੱਥੇ ਜਾ ਕੇ ਬਹਿ ਗਏ। ਖਾਣ ਪੀਣ ਵਾਲਾ ਜਿਹੜਾ ਮਸਲਾ ਸੀਗਾ ਉਹ ਇੱਥੇ ਫਿਰ ਮਿਲਟਰੀ ਨੇ ਮੁਸਲਮਾਨਾਂ ਦੀ ਨੇ ਵੀ ਜੋ ਤੁਹਾਡੇ ਕੋਲ ਬੱਕਰੀ ਆ ਭੇਡ ਆ ਜਾਂ ਜੋ ਕੁਛ ਵੀ ਹੈਗਾ ਕੋਈ ਮੈਂ ਗਾਂ ਵਾ ਇਹ ਕਰਕੇ ਖਾਓ ਜੇ ਤੁਹਾਡੇ ਕੋਲ ਮਤਲਬ ਖੁਰਾਕ ਘੱਟ ਗਈ ਆ, ਜਿਸ ਤਰ੍ਹਾਂ ਵੀ ਆ ਵਕਤ ਪਾਸ ਆਪਣਾ ਵਕਤ ਪਾਸ ਕਰੋ। ਅੱਛਾ, ਸਾਡੇ ਕੋਲ ਸੀ ਉਹ ਕੋਈ ਬੱਕਰੀ ਬੱਕਰੇ ਜਿਹੜੇ ਮਹੀਆਂ 'ਤੇ ਉੱਥੇ ਛੱਡ ਆਏ ਸੀ ਨਾ ਜੋ ਮਾਲ ਡੰਗਰ ਉਹ ਪਿੱਛੇ ਛੱਡ ਆਏ, ਅਤੇ ਇੱਥੇ ਆਣ ਕੇ ਫਿਰ ਉਹ ਜਿਹੜੇ ਸੀ ਨਾ ਬੱਕਰੀਆਂ ਬੱਕਰੇ ਉਹ ਸਾਰੇ ਜ਼ਿਬਾ ਕਰਕੇ ਖਾਧੇ ਅਤੇ ਵਕਤ ਪਾਸ ਕੀਤਾ। ਅੱਛਾ, ਫਿਰ ਜੀ ਉੱਥੇ ਕੁਛ ਆਉਂਦੇ ਨੂੰ ਬੈਠੇ ਹਾਂ ਅਤੇ ਫਿਰ ਹੁਕਮ ਹੋਇਆ ਵੀ ਚਲੋ ਵੀ ਫਿਰ ਖੈਰ ਮਿਲਟਰੀ ਸਾਡੇ ਨਾਲ ਨਾ ਰਲੀ ਅਤੇ ਅਸੀਂ ਖਲਚੀਆਂ ਆ ਗਏ, ਖਲਚੀਆਂ ਆ ਗਏ। ਉੱਥੇ ਆਣ ਕੇ ਦੇਖਿਆ ਮਾਹੌਲ ਬਈ ਕਈ ਚੀਜ਼ਾਂ ਉੱਥੇ ਰੋਲਣ ਡਈਆਂ, ਕਈ ਵਿੱਚ ਲਾਸ਼ਾਂ ਪਈਆਂ, ਕਈ ਵਿੱਚ ਜਿੰਦਾ ਜਿਹੜੇ ਬਿਮਾਰ ਸੀ ਉਹ ਪਏ,
ਤੇ ਉੱਥੇ ਹਾਲ ਬੜਾ ਭੈੜਾ ਦੱਸਿਆ ਕਿ ਇਹ ਸਾਨੂੰ ਉੱਥੇ ਨਹੀਂ ਬਹਾਇਆ, ਅਗਲੇ ਪਾਸੇ ਉਹ ਨਾ ਸਾਫ ਥਾਂ ਤੇ ਬਹਾਤਾ, ਉੱਥੇ ਫਿਰ ਦੋ ਰਾਤਾਂ ਰਹਿ। ਅੱਛਾ, ਉੱਥੇ ਫਿਰ ਕੱਟੀਆਂ ਦੋ ਰਾਤਾਂ? ਉੱਥੇ ਵੀ ਦੋ ਰਾਤਾਂ ਕੱਟੀਆਂ। ਫਿਰ ਜਨਾਬ ਵਾਲਾ ਉੱਥੋਂ ਚਲਾਇਆ ਤੇ ਅੰਮ੍ਰਿਤਸਰ। ਸਹੀ, ਉਹ ਅੰਮ੍ਰਿਤਸਰ ਮੰਡੀ ਮਵੈਸ਼ੀਆਂ ਦੇ ਵਿੱਚ ਸਾਨੂੰ ਰੱਖਿਆ ਉਹਨਾਂ। ਠੀਕ, ਮੰਡੀ ਮਵੈਸ਼ੀਆਂ ਦੇ ਵਿੱਚ ਰਾਤ ਇੱਕ ਰਹਿ, ਫਿਰ ਸਵੇਰੇ ਹੁਕਮ ਆਇਆ ਵੀ ਚਲੋ ਬਈ ਅਸੀਂ ਚੱਲੇ ਹਾਂ। ਸਵਖਤੇ ਉੱਠ ਕੇ ਤੁਰ ਪਏ ਅਸੀਂ ਤਾਂ ਗਾਂਹ ਗਾਂਹ ਨਿਕਲ, ਅਤੇ ਪਿੱਛੋਂ ਗੋਲੀ ਦੀ ਫਿਰ ਆਵਾਜ਼ ਆਉਣ ਲੱਗ ਪਈ, ਪਿੱਛੋਂ ਗੋਲੀ ਦੀ ਆਵਾਜ਼ ਆਉਣ ਲੱਗ ਪਈ। ਉੱਧਰੋਂ ਕੁਦਰਤ ਇਹ ਵੀ ਇੱਧਰੋਂ ਆਵਾਜ਼ ਆਉਣ ਲੱਗ ਪਈ, ਇੱਧਰ ਮੈਂ ਦੇਖਿਆ ਦੋ ਟਰੱਕ ਪਾਕਿਸਤਾਨੀ ਮਿਲਟਰੀ ਦੇ। ਅੱਛਾ, ਇਹ ਚਲੇ ਗਏ ਸਹੀ, ਯਾਨੀ ਐਂ ਸੜਕ ਦੇ ਨਾਲ ਨਾਲ ਇਹ ਜਾਂਦੇ ਮੈਂ ਦੇਖੇ। ਪਰ ਉਹ ਜਿਸ ਵੇਲੇ ਪਹੁੰਚੇ ਤਾਂ ਉਹਨਾਂ ਨੇ ਉਸ ਸਿੱਖਾਂ ਨੂੰ ਨਾ ਜਿਸ ਬਾਗ ਦੇ ਵਿੱਚ ਲੁਕੇ ਅਤੇ ਉੱਥੇ ਹਮਲਾ ਕੀਤਾ ਸੀ, ਉੱਥੇ ਇਹਨਾਂ ਨੇ ਫਿਰ ਗੋਲੀ ਚਲਾਈ, ਕਾਫਲਾ ਅੱਧਾ ਕੱਟ ਕੇ ਪਰੇ ਨਹਿਰ ਵੱਲ ਨੂੰ ਪਾ ਲਿਆ। ਸਹੀ, ਅੱਧਾ ਜਿਹੜਾ ਸੀ ਉਹ ਅੱਗੇ ਆ ਗਿਆ। ਫਿਰ ਉੱਥੇ ਪਾਕਿਸਤਾਨੀ ਮਿਲਟਰੀ ਦੀ ਬਹੁਤ ਹਿਫਾਜ਼ਤ ਹੋ ਗਈ, ਇਹਨਾਂ ਨੇ ਫਿਰ ਕਹਿਤੇ ਹੂ ਵਾਇਰਲੈਸ ਵੀ ਇੱਥੇ ਖਤਰਾ ਹੈ, ਅਤੇ ਉਹ ਆ ਗਈ। ਬਸ ਫਿਰ ਅਸੀਂ ਸਹਿਜੇ 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 ਨਾ ਇੱਥੇ ਆ ਜਿਹੜਾ ਬਾਰਡਰ ਆ ਵਾਹਗਾ ਇੱਥੇ ਆ ਗਏ। ਇੱਥੇ ਫਿਰ ਸਾਡੇ ਟੀਕੇ ਸ਼ੀਕੇ ਵੀ ਲੱਗੇ। ਅੱਛਾ, ਆਟਾ ਸ਼ਾਟਾ ਵੀ ਸਾਨੂੰ ਮਿਲਿਆ ਥੋੜ੍ਹਾ ਬਹੁਤਾ ਜਿਹੜਾ, ਕਿਉਂਕਿ ਉੱਥੋਂ ਤਾਂ ਮੈਂ ਬੇਯਾਰੋ ਮਦਦਗਾਰ ਸੀ। ਚਲੋ, ਇੱਥੇ ਪਹੁੰਚ ਕੇ ਜਾਣ ਵੀ ਸਿਖਾਲੀ ਹੋ ਗਈ। ਅੱਛਾ ਜੀ, ਇੱਥੇ ਸੀ ਉਹ ਜਿਹੜਾ ਖਤਰਾ ਸੀ ਉਹ ਟਲ ਗਿਆ, ਜਿਹੜੀ ਹਰ ਵਕਤ ਇਹ ਸੀ ਵੀ ਜਾਨ ਪਤਾ ਨਹੀਂ ਹੁਣ ਗਈ ਝਟਕ ਨੂੰ ਗਈ, ਇੱਧਰੋਂ ਨਾ ਕੋਈ ਆਉਣ ਪਿਆ ਜੀ, ਇੱਧਰੋਂ ਨਾ ਇਹ ਇਹੋ ਜਿਹਾ ਮਸਲਾ ਤਾਂ ਗਿਆ ਹਟ ਹਟ। ਉਹ ਜੀ ਫਿਰ ਉੱਥੋਂ ਫਿਰ ਅਸੀਂ ਉਹ ਖਲਚੀਆਂ 'ਚ ਆ ਗਏ। ਉੱਥੇ ਸਿਆਣੇ ਬੰਦੇ ਸੀ, ਉਹ ਕਹਿਣ ਲੱਗੇ ਯਾਰ ਇੱਥੇ ਆਪਣਿਆਂ ਪਿੰਡ ਦਿਆਂ ਬੰਦਿਆਂ ਕੋਲ ਚਲੋ, ਇੱਥੇ ਜੀ ਨਹੀਂ ਲੱਗਦਾ, ਪੰਜ ਆਉਂਦੇ ਇੱਕ ਘਰ ਵਾਂ, ਅਤੇ ਉੱਥੇ ਉਹ ਮਰਗਾਂ ਵੀ ਹੋਈਆਂ ਸਾਡੀਆਂ। ਇਹਦੀ ਵਜ੍ਹਾ ਤੋਂ ਨਾ ਉਹ ਫਿਰ ਜਿਸ ਤਰ੍ਹਾਂ ਬੰਦਾ ਘਬਰਾ ਜਾਂਦਾ, ਇਸ ਤਰ੍ਹਾਂ ਹੋਇਆ। ਨਾਲੇ ਜਿਹੜੇ ਪਿੰਡ ਦੇ ਬੰਦੇ ਸੀ ਅੱਗੇ ਬਜ਼ੁਰਗ ਜਿਹੜੇ ਸਿਆਣੇ ਸੀਗੇ, ਉਹ ਆਪਸ 'ਚ ਬਹੁਤ ਤਲਕ ਵਾਸਤੇ ਨਾਲ ਰਹਿੰਦੇ ਸੀ, ਇੱਕ ਦੂਜੇ ਦੇ ਨਾਲ ਬਹੁਤ ਅੱਛੇ ਤਰੀਕੇ ਨਾਲ ਪਿਆਰ ਮੁਹੱਬਤ ਹੈਗਾ ਸੀ, ਅਤੇ ਸਾਦੇ ਲੋਕ ਸੀਗੇ ਅਤੇ ਬਹੁਤ ਰਵਾਦਾਰੀ। ਸਹੀ, ਇੱਥੇ ਉਹੋ ਹੀ ਕਰਦੇ। ਫਿਰ ਅਸੀਂ ਇੱਥੇ ਬੂਰੇ ਵਾਲੇ ਦੇ ਲਾਗੇ ਗਏ, ਉੱਥੇ ਵੀ ਨਾ ਜੀ ਲੱਗੇ, ਉੱਥੇ ਵੀ ਇਹੋ ਹੀ ਬਈ ਚਲੋ ਪਿੰਡ ਦੇ ਕੋਲ ਚੱਲਦੇ ਹਾਂ ਯਾਰ, ਕੋਈ ਸੌ ਗੱਲਬਾਤ ਕੋਈ ਬਹਿਣ ਉੱਠਣ ਇੱਕ ਦੂਜੇ ਦੇ ਨਾਲ, ਇੱਕ ਦੂਜੇ ਦੇ ਨਾਲ ਦੁੱਖ ਸੁੱਖ ਸਾਂਝੇ ਆ। ਇੱਥੇ ਆ ਗਏ ਸਰਜੇ, ਇੱਥੇ ਆਣ ਕੇ ਅਲਹਮਦੁਲਿਲਾ ਜਿਹੜਾ ਲਿਖਿਆ ਉਹ ਮਿਲਦਾ ਜਾਂਦਾ। ਐਸੇ ਇੱਕ ਗੱਲ ਬਈ ਜਿਹੜੀ ਉਹਦੀ ਹੈ ਨਾ ਖਾਹਿਸ਼ ਆਪਣਾ ਵਤਨ ਦੇਖਣ ਦੀ, ਉਹਦੀ ਸ਼ਿੱਦਤ ਦੇ ਨਾਲ ਖਾਹਿਸ਼ ਆ, ਬਹੁਤ ਹੀ ਸ਼ਿੱਦਤ ਦੇ ਨਾਲ ਖਾਹਿਸ਼ ਹੈ ਤੇ ਬਿਲਕੁਲ ਜਾਣ। ਕਿਉਂਕਿ ਦੇਖੋ ਨਾ ਜੀ, ਜਿੱਥੇ ਤੁਸੀਂ ਪੈਦਾ ਹੁੰਦੇ ਹੋ, ਚਾਹੇ 2 ਸਾਲ ਰਹੇ ਹੋ ਚਾਹੇ ਤੁਹਾਨੂੰ ਪਤਾ ਹੀ ਨਹੀਂ, ਲੇਕਿਨ ਅਗਰ ਪਤਾ ਚੱਲ ਜਾਵੇ ਕਿ ਜੀ ਮਾਂ ਬਾਪ ਦੱਸ ਦੇ ਕਿ ਜੀ ਤੂੰ ਫਲਾਨੀ ਜਗ੍ਹਾ ਪੈਦਾ ਹੈ, ਤੂੰ ਗੋਦੀ ਸੀ, ਤੂੰ ਆ ਗਿਆ ਸੀ, ਬੰਦੇ ਨੂੰ ਬੜੀ ਖਾਹਿਸ਼ ਰਹਿੰਦੀ ਕਿ ਯਾਰ ਮੈਂ ਜਾਣਾ ਉਹ ਜਗ੍ਹਾ ਦੇਖਣੀ, ਤੇ ਤੁਸੀਂ ਤੇ ਉੱਥੇ ਹੋਸ਼ ਸੀ ਕਿ 14-15 ਸਾਲ ਦੇ ਜਾਂ 12-14 ਸਾਲ ਦੇ ਲਾ ਲਓ ਤਕਰੀਬਨ ਜੀ, ਤੇ ਉੱਥੇ ਦੇ ਹਾਲਾਤ ਦੇ ਬਹੁਤ ਵਾਕਫ ਆ, ਗਲੀਆਂ ਬਾਜ਼ਾਰਾਂ 'ਚ ਖੇਲਦੇ ਮਾਲਦੇ ਤੁਸੀਂ ਮਤਲਬ। ਸਾਡੇ ਫਿਰ ਇੱਕ ਹੋਰ ਮਜ਼ਾਕ, ਸਾਡੇ ਉੱਥੇ ਛੋਟਾ ਦਰਿਆ ਵਗਦਾ ਸੀ, ਉਹ ਦਰਿਆ ਜਿਹੜਾ ਚੱਲਦਾ ਸੀਗਾ ਤੇ ਉਹ ਜਨਾਬ ਪਿੰਡ ਦੇ ਨਾਲ ਦੀ ਚੱਲਦਾ ਸੀ, ਖਹਿ ਕੇ ਲੰਘਦਾ ਸੀ, ਬਿਲਕੁਲ ਹੀ ਬਿਲਕੁਲ ਹੀ, ਜਿਹੜਾ ਕੋਈ ਮਤਲਬ ਹੈ ਵੀ ਕਈ ਉਹ ਚੂੜਿਆਂ ਦੀਆਂ ਨਾ ਇਸ ਤਰ੍ਹਾਂ ਨੁੱਕਰਾਂ ਢਾਈਆਂ। ਅੱਛਾ, ਫਿਰ ਉਹ ਜਿਹੜੀ ਮੱਛੀ ਸੀ ਦੀ ਉਹ ਇਸ ਵਾਸਤੇ ਸਸਤੀ ਸੀ ਉੱਥੇ, ਉੱਥੋਂ ਫੜ ਲੈਂਦੇ ਸੀ ਲਾਗੇ, ਲਾਗੇ ਫੜ ਕੇ ਤੇ ਲਾਗੇ ਵੇਚ, ਲਾਗੇ ਫੜ ਕੇ ਤੇ ਲੈ ਆਉਣ, ਬਾਰਡਰ ਸਿਸਟਮ ਸੀਗਾ ਜੀ ਉਦੋਂ, ਜਿਹੜੇ ਸਾਡੇ ਬਦਲੇ ਚੀਜ਼ਾਂ ਦਿੰਦੇ ਸੀ। ਆਹੋ ਆਹੋ, ਇਹ ਪੈਸੇ ਸਿੱਕਾ ਥੋੜਾ ਹੁੰਦਾ ਸੀ ਤੇ ਉਹ ਚੀਜ਼ਾਂ ਦੇ ਬਦਲੇ ਚੀਜ਼ਾਂ, ਜਿਨਸਾਂ ਦੇ ਬਦਲੇ ਜਿਨਸਾਂ ਮਿਲ ਜਾਂਦੀਆਂ ਜੀ ਜੀ। ਅੱਛਾ, ਫਿਰ ਜਨਾਬ ਵਾਲੀ ਉੱਥੇ ਜਿਹੜੇ ਹੈ ਸੀ ਸਾਡੇ ਵੱਡੇ, ਫਿਰ ਤਾਂ ਉਹਨਾਂ ਦੇ ਤਲਕ ਵਾਸਤੇ ਵੀ ਹੈ ਸਾਡੇ, ਉਹ ਮੱਸਾ ਸਿੰਘ ਜਿਹੜਾ ਉਹਦੇ ਮੁੰਡਿਆਂ ਨਾਲ ਬੜੇ ਖੇਲ ਖਾਲ ਆ, ਇੱਦਾਂ ਮਤਲਬ ਜਿਸ ਤਰ੍ਹਾਂ ਆਪਾਂ ਨਿੱਕੇ ਮੋਟੇ। ਹੋਰ ਵੀ ਕੋਈ ਯਾਰ ਬੇਲੀਆਂ ਦਾ ਨਾਮ ਯਾਦ ਆ ਤੁਹਾਨੂੰ ਉੱਥੇ? ਇੱਥੋਂ ਦਾ ਜੀ ਹੈਗਾ ਸੀ ਇੱਕ ਆਲੇ ਦੁਆਲੇ ਦੇ ਪਿੰਡਾਂ ਦੇ ਨਾ, ਥੋੜੇ ਜਿਹੇ ਨਾਮ ਵੀ ਦੱਸ ਦਿਓ ਮੈਨੂੰ, ਨਾ ਪੁੱਛੇ ਨਹੀਂ ਤੁਹਾਡੇ। ਸਾਡੇ ਇੱਕ ਲਾਗੇ ਸ਼ੇਰਪੁਰ, ਸ਼ਾਹ ਵਾਲਾ, ਭਾਗੋ ਰਾਈ ਵਾਟਿਆਂ ਵਾਲੀ, ਭਾਗੋ ਬੁੱਢਾ, ਇਹ ਫਿਰ ਕਬੀਰਪੁਰ, ਫਿਰ ਇੱਕ ਲੋਧੀਵਾਲ ਹੁੰਦਾ ਸੀਗਾ, ਇੱਕ ਸਰੂਵਾਲ ਹੁੰਦਾ ਸੀ, ਫਿਰ ਇਧਰਲੇ ਪਾਸੇ ਹੁੰਦਾ ਸੀ ਇੱਕ ਲਾਟ ਵਾਲਾ ਸਾਡੇ। ਅੱਛਾ, ਫਿਰ ਇੱਕ ਪਡੋਰੀ,
ਇੱਕ ਖੁਰਦ ਹੁੰਦੇ ਸੀ ਇਸ ਤਰ੍ਹਾਂ ਅਤੇ ਕਾਫੀ ਪਿੰਡਾਂ ਦੇ ਰੋਡ ਵਾਲਾ ਫਿਰ ਜਿਹੜਾ ਹੈਗਾ ਹੋਰ ਕਈ ਪਿੰਡ ਇਸ ਤਰ੍ਹਾਂ ਯਾਦ ਸੀ ਸਹੀ ਵੈਸੇ ਵੀ ਤੁਸੀਂ ਬਾਬਾ ਪਿੰਡਾਂ ਦੇ ਨਾਂ ਲੈ ਦਿੱਤੇ ਆ ਤੁਹਾਡੇ ਪਿੰਡ 'ਚ ਤਾਂ ਕੋਈ ਵੀ ਸਿੱਖ ਨਹੀਂ ਸੀ ਰਹਿੰਦਾ ਅਤੇ ਜਿਹੜੇ ਉਂਝ ਵੈਸੇ ਸੁਭਾਅ ਕਿਵੇਂ ਦਾ ਸੀ ਉੱਥੇ ਮਤਲਬ ਤੁਹਾਡੇ ਵੱਡਿਆਂ ਦਾ ਉਹ ਸੁਭਾਅ ਤਾਂ ਉਦੋਂ ਬਹੁਤ ਹੀ ਰਵਾਦਾਰੀ ਸੀ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਸੀ ਮੁਹੱਬਤ ਸੀ ਇੱਕ ਦੂਜੇ ਦੇ ਨਾਲ ਉਹ ਜਿਹੜੇ ਜ਼ੈਲਦਾਰ ਸੀ ਉਹ ਸਾਡੇ ਬੁੜਿਆਂ ਨਾਲ ਆਣ ਕੇ ਉਹ ਜਿਹੜੇ ਖੇਲਣ ਜਾਣਦੇ ਸੀ ਉਹਨਾਂ ਨੂੰ ਉਹ ਬਾਰਾਂ ਟਾਣੀ ਖੇਲਦੇ ਰਹਿੰਦੇ ਹੁੰਦੇ ਸੀ ਇੱਕ ਦੂਜੇ ਦੇ ਨਾਲ ਬੜੇ ਸਲੂਕ ਨਾਲ ਬੜੇ ਮੁਹੱਬਤ ਨਾਲ ਰਹਿੰਦੇ ਸੀ ਉੱਥੇ ਸੱਥ ਤੇ ਬਹਿ ਕੇ ਬਾਰਾਂ ਟਾਣੀ ਬਾਅਦ ਚੱਲਦੀ ਸੀ ਉਹ ਸਾਡੇ ਉੱਥੇ ਸੀ ਨਾ ਛੋਟੀ ਮਸਜਿਦ ਸੀ ਸਾਡੇ ਪਾਸੇ ਬਣੀ ਹੋਈ ਉਹਦੇ ਵਿੱਚ ਬੋਰਡ ਅਤੇ ਉਹ ਬੋਰਡ ਬੜਾ ਵੱਡਾ ਸੀ ਉੱਥੇ ਉਹਦੀ ਸ਼ਾਮ ਫਿਰ ਬਾਹਰ ਤੱਕ ਵੀ ਆਲੇ ਦੁਆਲੇ ਬਹੁਤ ਦੂਰ ਤੱਕ ਕਾਫੀ ਵੱਡਾ ਸੀ ਉਹ ਉਹਨੇ ਕਿੰਨਾ ਹਾਤਾ ਤੋਂ ਅੱਛਾ ਉਹ ਹਾਤਾ ਦੂਰ ਤੱਕ ਉਹਨੇ ਦੂਰ ਤੱਕ ਉਹ ਕਾਫੀ ਜਗ੍ਹਾ ਉਹਨੇ ਸੰਭਾਲੀ ਸੀ ਉੱਥੇ ਹੀ ਮਾਲ ਸਵੇਰ ਨੂੰ ਬੰਨਣਾ ਉੱਥੇ ਹੀ ਮੰਜੇ ਬੰਦਿਆਂ ਨੇ ਡਾਏ ਹੋਣੇ ਉੱਥੇ ਜਿਹੜੇ ਕੋਈ ਕਾਰੋਬਾਰ ਉੱਥੇ ਕਰਨ ਵਾਲੇ ਛਾਵੇਂ ਉਹ ਕਰਦੇ ਬਸ ਉਹ ਬੜੀ ਮਜ਼ੇਦਾਰ ਦੀ ਗੱਲ ਸੀ ਫਿਰ ਉਹ ਸਾਡਾ ਜਿਹੜਾ ਮੌਸਮ ਉੱਥੋਂ ਦਾ ਉਹ ਬੜਾ ਖੁਸ਼ਗਵਾਰ ਸੀ ਉਹਦੀ ਵਜ੍ਹਾ ਤੋਂ ਉਹ ਜਿਹੜਾ ਲਾਗੇ ਸਾਡੇ ਛੋਟਾ ਦਰਿਆ ਚੱਲਦਾ ਸੀ ਨਾ ਉਹਦੀ ਵਜ੍ਹਾ ਤੋਂ ਉੱਥੇ ਕਾਫੀ ਫਸਲਾਂ ਵੀ ਬਹੁਤ ਚੰਗੀਆਂ ਹੁੰਦੀਆਂ ਫਸਲਾਂ ਚੰਗੀਆਂ ਸਾਡੇ ਉੱਥੇ ਮਾਲ ਬੜਾ ਹੁੰਦਾ ਸੀ ਆ ਦੁੱਧ ਜਿਹੜਾ ਇਹ ਜਨਾਬ ਹੈ ਜਿਸ ਤਰ੍ਹਾਂ ਇੱਥੇ ਪਾਣੀ ਪੀਂਦੇ ਇਸ ਤਰ੍ਹਾਂ ਪਾਣੀ ਪੀਂਦੇ ਮਾਲ ਬੜਾ ਕਿਉਂਕਿ ਉਹ ਜਿਹੜਾ ਉਹਦਾ ਸੀ ਨਾ ਇਰਦ ਗਿਰਦ ਉੱਥੇ ਉਹ ਪੱਠੇ ਬੜੇ ਹੁੰਦੇ ਸੀਗੇ ਉਹ ਅਸੀਂ ਚਾਰ ਦੇ ਹੁੰਦੇ ਸੀ ਉੱਥੇ ਜਾਣਾ ਚਾਰ ਕੇ ਲਿਆਉਣਾ ਫਿਰ ਮੱਛੀ ਵੀ ਫੜੀ ਆਉਣੀ ਫਿਰ ਮੈਂ ਉੱਥੇ ਜ਼ਰਾ ਕੁ ਵਾਹਵਾ ਉਮਰ 'ਚ ਹੋਇਆ ਅਤੇ ਪੜ੍ਹਨ ਵੀ ਲੱਗ ਪਿਆ ਉੱਥੋਂ ਫਿਰ ਉਹ ਸਾਡੇ ਮਾਸਟਰ ਕਿੱਥੇ ਪੜ੍ਹਨ ਲੱਗ ਪਿਆ ਆਪਣੇ ਪਿੰਡ ਹੀ ਪਿੰਡ ਪਿੰਡ ਉਹ ਸਾਡੇ ਉੱਥੇ ਪ੍ਰਾਇਮਰੀ ਸਕੂਲ ਹੈਗਾ ਅੱਛਾ ਪਿੰਡ ਪ੍ਰਾਇਮਰੀ ਸਕੂਲ ਸੀ ਤੁਹਾਡਾ ਪ੍ਰਾਇਮਰੀ ਸਕੂਲ ਡਾਕਖਾਨਾ ਖਾਸ ਸੀ ਤੁਹਾਡਾ ਹਾਂ ਅੱਛਾ ਔਰ ਉਹ ਨਾ ਫਿਰ ਉਹ ਮੁਬਾਰਕ ਅਲੀ ਸੀ ਨਾ ਉਹਦਾ ਮਾਸਟਰ ਦਾ ਕਪੂਰ ਸੀ ਉਹ ਇੱਥੋਂ ਦਾ ਸੁਲਤਾਨਪੁਰ ਦਾ ਠੀਕ ਉਹ ਪੜ੍ਹਾਉਂਦਾ ਰਿਹਾ ਬੜਾ ਸ਼ਫੀਕ ਸੀ ਉਹ ਸਾਡਾ ਬਹੁਤ ਹੀ ਸ਼ਫੀਕ ਸੀ ਅਤੇ ਬੜੇ ਅੱਛੇ ਵਕਤ ਗੁਜ਼ਰੇ ਉੱਥੇ ਅਤੇ ਸਾਨੂੰ ਉਹ ਦੇਖਣ ਦਾ ਜਿਹੜਾ ਹੈ ਨਾ ਉਹ ਮਿਹਨਤ ਬਹੁਤ ਹੀ ਸ਼ਿੱਦਤ ਕਿਉਂ ਨਹੀਂ ਜੀ ਬਿਲਕੁਲ ਬਲਕਿ ਦਰਸ਼ਕ ਜਿਹੜੇ ਵੀ ਜਿਹੜੇ ਵੀ ਦੇਖ ਰਹੇ ਨੇ ਇਨਸ਼ਾਅੱਲਾ ਤਾਲਾ ਤੁਹਾਡੇ ਨਾਲ ਰਾਬਤਾ ਕਰਨਗੇ ਤੁਹਾਡਾ ਨੰਬਰ ਵੀ ਜਿਹੜਾ ਹੈ ਸੈਂਡ ਕਰ ਦਾਂਗੇ ਅਸੀਂ ਸਕਰੀਨ ਤੇ ਬਲਕਿ ਆ ਰਿਹਾ ਹੋਏਗਾ ਅੱਛਾ ਇੱਕ ਮੇਰੇ ਆ ਜੀ ਦੋਸਤ ਆ ਉਹ ਵੀ ਮੇਰੇ ਹਮ ਉਮਰ ਆ ਤਕਰੀਬਨ ਉਹ ਰਾਜਪੂਤ ਇੱਥੇ ਗੋਜਰੇ ਬੈਠੇ ਆ ਉਹਨਾਂ ਦੀ ਬਹੁਤ ਹੀ ਉਹ ਮੇਰੇ ਨਾਲੋਂ ਵੀ ਸ਼ਦੀਦ ਆ ਉਹਨਾਂ ਦੀ ਉੱਥੇ ਖਾਹਿਸ਼ ਬਈ ਅਸੀਂ ਜਾਈਏ ਤੇ ਮਿਹਰਬਾਨੀ ਕਰਕੇ ਜੇ ਤੁਸੀਂ ਕੋਈ ਕਰ ਸਕਦੇ ਹੋ ਤਾਂ ਸਾਨੂੰ ਵੀ ਨਹੀਂ ਇਨਸ਼ਾਅੱਲਾ ਤਾਲਾ ਜੀ ਗੱਲ ਇਹ ਹੈ ਜੀ ਸਾਡਾ ਤੇ ਇਸ ਚੈਨਲ ਦਾ ਇਸ ਪ੍ਰੋਗਰਾਮ ਦਾ ਮਕਸਦ ਇਹ ਆ ਕਿ ਅਸੀਂ ਜਿਹੜਾ ਵਿਛੜਿਆ ਹੋਇਆ ਕੱਲ੍ਹ ਹੈ ਉਹਨੂੰ ਨਾ ਸਿਰਫ ਯਾਦ ਕਰੀਏ ਬਲਕਿ ਉੱਧਰ ਵੀ ਜਿਹੜੇ ਯਾਰ ਬੇਲੀ ਰਹਿ ਗਏ ਨੇ ਜਾਂ ਜਿਹੜੇ ਪਿੰਡਾਂ 'ਚੋਂ ਤੁਸੀਂ ਰਹਿ ਕੇ ਆਏ ਆ ਉਹਨਾਂ ਪਿੰਡਾਂ ਵਾਲਿਆਂ ਵਸਨੀਕਾਂ ਦੇ ਨਾਲ ਵੀ ਤੁਹਾਡਾ ਰਾਬਤਾ ਕਰਵਾਇਆ ਜਾਵੇ ਤੁਹਾਨੂੰ ਕੋਈ ਚਾਰ ਤਸਵੀਰਾਂ ਦਿਖਾਈਆਂ ਜਾਣ ਅੱਜ ਕੱਲ੍ਹ ਤੁਹਾਡਾ ਪਿੰਡ ਕਿਵੇਂ ਦਾ ਹੈ ਕੀ ਹਿਸਾਬ ਕਿਤਾਬ ਆ ਦੂਸਰਾ ਗੱਲ ਇਹ ਹੈ ਕਿ ਗੱਲ ਹੈ ਇਨਵੀਟੇਸ਼ਨ ਦੀ ਅਗਰ ਉਹ ਲੋਕ ਇਨਵੀਟੇਸ਼ਨ ਦਿੰਦੇ ਆ ਤਾਂ ਇਨਸ਼ਾਅੱਲਾ ਤਾਲਾ ਕੋਈ ਵੀਜ਼ਾ ਪੋਲਿਸੀ ਵੀ ਨਰਮ ਹੋਈ ਤਾਂ ਤੁਸੀਂ ਜ਼ਰੂਰ ਜਾਓਗੇ ਅਤੇ ਬੜੇ ਸਾਰੇ ਯਾਰ ਬੇਲੀ ਮਿੱਤਰ ਜਾ ਕੇ ਵੀ ਆਏ ਆ ਨਾਲ ਗੱਲਬਾਤ ਸਾਰੀ ਕੀਤੀ ਸਾਰਾ ਤੁਸੀਂ ਵਾਕਿਆ ਦੱਸਿਆ ਹਰ ਚੀਜ਼ ਦੇ ਉੱਤੇ ਰੋਸ਼ਨੀ ਪਾਈ ਤੁਸੀਂ ਅਤੇ ਬਸ ਇਹੀ ਆ ਕਿ ਜਿਹੜਾ ਉੱਥੇ ਤੁਹਾਡੇ ਮੇਲੇ ਵਗੈਰਾ ਲੱਗਦੇ ਹੁੰਦੇ ਸੀ ਮੇਲੇ ਜੀ ਲੱਗਦੇ ਹੁੰਦੇ ਕਿਹੜੇ ਕੋ ਬਜ਼ੁਰਗਾਂ ਦਾ ਕੋ ਨਾਮ ਮਸ਼ਹੂਰ ਆ ਵਣਾ ਵਾਲੀ ਖਾਨਗਾ ਮੇਲਾ ਲੱਗਦਾ ਹੁੰਦਾ ਸੀ ਸਾਡੇ ਪਿੰਡ ਮੇਲਾ ਲੱਗਦਾ ਹੁੰਦਾ ਸੀਗਾ ਫਿਰ ਉੱਥੇ ਇੱਕ ਸੰਗ ਲੱਗਦਾ ਹੁੰਦਾ ਸੀਗਾ ਤੇ ਇਸ ਤਰ੍ਹਾਂ ਮੇਲੇ ਹਰ ਚੱਕ ਚ ਪਿੰਡ ਚ ਹੀ ਲੱਗਦੇ ਸੀ ਜਿਹਨੇ ਉਦੋਂ ਵੱਡੀ ਐਂਟਰਟੇਨਮੈਂਟ ਜੀ ਮੇਲੇ ਹੀ ਸੀਗੇ ਆਹੋ ਆਹੋ ਜਾਂ ਵਿਆਹ ਹੁੰਦਾ ਸੀ ਸਾਲਾਂ ਬਾਅਦ ਕਬੱਡੀਆਂ ਹੋਣੀਆਂ ਘੋਲ ਹੋਣੇ ਬੜੇ ਗੱਤਕਾ ਵੀ ਹੋਣਾ ਲਾਜ਼ਮੀ ਬਿਲਕੁਲ ਸਹੀ ਸਾਰੀਆਂ ਖੇਲਾਂ ਹੁੰਦੀਆਂ ਸੀਗੀਆਂ ਬੜੇ ਉੱਥੇ ਜੀ ਸਕੂਨ ਨਾਲ ਲੋਕ ਰਹਿੰਦੇ ਸੀਗੇ ਪਾਣੀ ਬਹੁਤ ਹੀ ਅੱਛਾ ਪਾਣੀ ਜਿਹੜਾ ਉਹ ਸਾਡੇ ਉੱਥੇ ਇਹ ਸੀਗਾ ਵੀ ਇੰਨਾ ਪਾਣੀ ਉਹ ਜਿਹੜੀ ਦਰਿਆ ਵਗਦਾ ਸੀ ਉਹਦਾ ਪਾਣੀ ਨਹੀਂ ਸੀ ਲੋਕ ਇਸਤੇਮਾਲ ਕਰਦੇ ਜਾਂ ਨਹਾਉਂਦੇ ਆਪਣੇ ਖੂਹਾਂ ਦੇ ਪਾਣੀ ਨਾਲ ਨਹਾਉਂਦੇ ਸੀ ਉਦੋਂ ਕਹਿੰਦੇ ਸੀਗੇ ਵੀ ਇਹ ਇੱਥੇ ਖੁਰਕ ਪੈ ਜਾਂਦੀ ਇਹਦੇ ਨਾਲ ਫਿਲਟਰ ਪਾਣੀ ਹੈ ਪੁਣਿਆ ਹੋਇਆ ਤੇ ਕੋਈ ਬਜ਼ੁਰਗੋ ਕੋਈ ਪੈਗਾਮ ਕੋਈ ਮੈਸੇਜ
ਉਹਨਾਂ ਪੰਜਾਬੀਆਂ ਵਾਸਤੇ ਜਿਹੜੇ ਤੁਹਾਨੂੰ ਸਾਰੇ ਦੇਖ ਰਹੇ ਆ ਇਸ ਟਾਈਮ, ਉਹਨਾਂ ਵਾਸਤੇ ਨੇਕ ਖਾਸ਼ਾਤਾਂ ਆ ਜੀ ਵੀ ਉਹਨਾਂ ਨੂੰ ਹਦਾਇਤ ਦੇ ਸਾਡੇ ਨਾਲ ਚੰਗੇ ਵਰਤਣ ਹਮੇਸ਼ਾ ਰਹਿਣ, ਪੜੋਸ ਹੈਗਾ ਵਾ ਨਾ ਉਹ ਸਾਨੂੰ ਕੁਛ ਕਹਿਣ, ਨਾ ਅਸੀਂ ਉਹਨਾਂ ਨੂੰ ਕੁਛ ਕਹੀਏ, ਮਿਲੀਏ ਪਿਆਰ ਮਿਲੀਏ ਪਿਆਰ ਮੁਹੱਬਤ ਰਵੇ ਇੱਕ ਦੂਜੇ ਦਾ, ਜਿਹੜਾ ਪੜੋਸੀਆਂ ਦਾ ਹੱਕ ਹੁੰਦਾ, ਹਾਂਜੀ, ਯਾਨੀ ਜੰਗ ਤੋਂ ਬਚੇ ਰਹਿਣ, ਇੱਕ ਦੂਜੇ ਦੀ ਛੇੜਛਾੜ ਤੋਂ ਬਚੇ ਰਹਿਣ, ਇਹ ਖਾਸ਼ਾਂ ਹੈ। ਅਮਨ ਨਾ ਉਹ ਵਸਣ, ਅਮਨ ਨਾ ਅਸੀਂ ਵਸੀਏ, ਤੇ ਇੱਕ ਦੂਜੇ ਨੂੰ ਮਿਲੀਏ ਗਿਲੀਏ ਵੀ ਇਸ ਤਰ੍ਹਾਂ, ਬਸ ਨਰਮ ਬਹੁਤ ਵੀਜ਼ਾ ਹੋਵੇ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਜ਼ੁਰਗੋ, ਤੁਸੀਂ ਬਹੁਤ ਹੀ ਅੱਛੀਆਂ ਗੱਲਾਂ ਕੀਤੀਆਂ ਔਰ ਤੁਸੀਂ ਇਹ ਪ੍ਰੀਤ ਦਾ, ਅਮਨ ਦਾ, ਪਿਆਰ ਦਾ ਪੈਗਾਮ ਦਿੱਤਾ। ਅਤੇ ਵਾਰਿਸ ਸ਼ਾਹ ਜੀ ਫਰਮਾਉਂਦੇ ਆ ਪ੍ਰੀਤ ਦੇ ਉੱਤੇ ਕਿ ਦਾਲ ਦਗਾ ਨਾ ਦੇਈਏ ਉਸ ਜਗ੍ਹਾ ਜਿੱਥੇ ਪ੍ਰੀਤ ਲਾਉਣ ਦੀ ਨੀਤ ਹੋਵੇ। ਸੋਹਣਾ ਦੇਖ ਕੇ ਯਾਰੀ ਬੇਸ਼ੱਕ ਲਾਈਏ, ਚਾਹੇ ਊਂਚ ਹੋਵੇ ਚਾਹੇ ਨੀਚ ਹੋਵੇ, ਪਹਿਲਾਂ ਦੇ ਲੱਪੜੇ ਨੂੰ ਸਾਫ਼ ਕਰੀਏ ਚਾਹੇ ਅਗਲੇ ਦੀ ਨੀਤ ਬਦਨੀਤ ਹੋਵੇ, ਅਤੇ ਵਾਰਸ ਸ਼ਾਹ ਮੀਆਂ ਯਾਰੀ ਤਾਂ ਲਾਈਏ ਜੇਕਰ ਤੋੜ ਨਹੀਂ ਵਾਵਣ ਦੀ ਨੀਤ ਹੋਵੇ। ਅਤੇ ਗੱਲ ਮੌਕੇ ਦੀ ਸਾਰੀ ਨੀਤਾਂ 'ਤੇ, ਨੀਤਾਂ ਸੱਚੀਆਂ ਹੋਣ, ਜਜ਼ਬੇ ਅੱਛੇ ਹੋਣ ਅਤੇ ਮਿਲ ਮਿਲਾਪ ਹੁੰਦੇ ਹੀ ਰਹਿੰਦੇ ਆ। ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦਾ ਪ੍ਰੋਗਰਾਮ ਦੇਖਣ ਦਾ। ਇਨਸ਼ਾਅੱਲਾ ਨੈਕਸਟ ਪ੍ਰੋਗਰਾਮ ਦੇ ਨਾਲ ਹਾਜ਼ਰ ਹੋਵਾਂਗੇ। ਤੁਹਾਡਾ ਆਪਣਾ ਵੀਰ ਇਕਬਾਲ ਖਾਂ ਅਤੇ ਨਾਸਰ ਕਿਸਾਨਾ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਜੀ।